ਜਿਹੜੀਆਂ ਫਸਲਾਂ ਲੱਗੀਆਂ ਹੋਈਆਂ ਸੀ ਤਕਰੀਬਨ 40 ਤੇ 50 ਖੇਤ ਉਹ ਬਿਲਕੁਲ ਖਤਮ ਕਰ ਦਿੱਤੀਆਂ ਨਸ਼ਟ ਕਰ ਦਿੱਤੀਆਂ ਉਹਨਾਂ ਨੂੰ ਇੱਦਾਂ ਹੀ ਵਾਹ ਦਿੱਤਾ ਹੈ ਅਤੇ ਉੱਥੇ ਹੋਰ ਵੀ ਜੋ ਆਸ ਪਾਸ ਆ ਸਾਰੀ ਕੰਸਟਰਕਸ਼ਨ ਸਾਰਾ ਤੋੜ ਫੋੜ ਬਹੁਤ ਕੁਛ ਇੱਦਾਂ ਦਾ ਕਰਤਾ ਤੁਸੀਂ ਮੱਥਾ ਟੇਕਦੇ ਵੈਸੇ ਮੱਥਾ ਟੇਕਣਾ ਚਾਹੀਦਾ ਬੰਦਾ ਤੁਸੀਂ ਮੱਥਾ ਟੇਕਦੇ ਤੁਸੀਂ ਇਕੱਲੇ ਆਪਣੇ ਮਨ 'ਚ ਸਹੁੰ ਚੱਕ ਲੈਂਦੇ ਜਾਂ ਵੈਸੇ ਹੀ ਸਹੁੰ ਚੱਕ ਲੈਂਦੇ ਹਾਲੇ ਕਿ ਤੁਹਾਡੇ ਜਿਹੜੇ ਬਣਨਾ ਚਾਹੁੰਦੀ ਹਾਂ ਕਿ ਤੁਸੀਂ ਆਮ ਆਦਮੀ ਆ ਤੁਸੀਂ ਆਮ ਦੀ ਤਰ੍ਹਾਂ ਗੱਲ ਕਰੋ ਤੁਸੀਂ ਖਾਸ ਕਿਉਂ ਬਣੀ ਜਾਂਦੇ ਹੋ ਹੁਣੇ ਅੰਮ੍ਰਿਤਸਰ ਵਿੱਚ ਜਿਹੜਾ ਰੋਡ ਸ਼ੋਅ ਕੱਢਿਆ ਉੱਥੇ ਵੀ 57 ਲੱਖ ਰੁਪਏ ਦਾ ਖਰਚਾ ਕਰਤਾ ਡੀ ਸੀ ਸਾਹਿਬ ਨੂੰ ਆਰਡਰ ਕੱਢ ਤੇ ਕਿ ਖਰਚੇ ਭੇਜ ਦਿਓ ਅਤੇ ਮੇਰਾ ਇੱਕ ਪ੍ਰਸ਼ਨ ਹੈ ਆਮ ਜਨਤਾ ਦੇ ਨਾਤੇ ਵੀ ਅਤੇ ਪੋਲੀਟੀਕਲ ਪਾਰਟੀ ਦੇ ਨਾਤੇ ਵੀ ਕਿ ਭਾਰਤ ਮਾਤਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਨਵੀਂ ਨਵੀਂ ਸਰਕਾਰ ਬਣਨ ਜਾ ਰਹੀ ਆਮ ਆਦਮੀ ਪਾਰਟੀ ਦੀ ਔਰ ਵੱਡੇ ਮਤ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ ਪੰਜਾਬ ਦੇ ਵਿੱਚੋਂ ਲੋਕਾਂ ਨੇ ਬਹੁਤ ਵਿਸ਼ਵਾਸ ਕੀਤਾ ਹੈ ਆਮ ਆਦਮੀ ਪਾਰਟੀ 'ਤੇ ਐਡਾ ਵੱਡਾ ਮੈਂਡੇਟ ਦਿੱਤਾ ਹੈ ਲੇਕਿਨ ਇਹਦੇ 'ਤੇ ਇੱਕ ਪ੍ਰਸ਼ਨ ਲੱਗ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਵੈਸੇ ਤਾਂ ਇਹ ਕਹਿੰਦੇ ਅਸੀਂ ਆਮ ਹਾਂ ਆਮ ਆਦਮੀ ਦੀ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ ਆਮ ਆਦਮੀ ਪਾਰਟੀ ਹੈ ਲੇਕਿਨ ਇਹ ਕੰਮ ਤਾਂ ਬੜੇ ਖਾਸ ਕਰਨ ਲੱਗ ਗਏ ਹੈ ਤੁਸੀਂ ਦੇਖਿਆ ਹੋਣਾ ਕਿ ਇੱਥੇ ਇਹਨਾਂ ਨੇ ਹਲੇ ਸਹੁੰ ਵੀ ਨਹੀਂ ਚੱਕੀ ਸਹੁੰ ਚੱਕਣੀ ਹੈ ਖਟਖਟ ਕਲਾਂ ਦੇ ਵਿੱਚ ਆ ਕੇ 16 ਤਰੀਕ ਨੂੰ ਅਤੇ ਉੱਥੇ ਇਹਨਾਂ ਨੇ ਜਿਹੜੀਆਂ ਫਸਲਾਂ ਲੱਗੀਆਂ ਹੋਈਆਂ ਸੀ ਤਕਰੀਬਨ 40 ਅਤੇ 50 ਖੇਤ ਉਹ ਬਿਲਕੁਲ ਖਤਮ ਕਰ ਦਿੱਤੀਆਂ ਨਸ਼ਟ ਕਰ ਦਿੱਤੀਆਂ ਉਹਨਾਂ ਨੂੰ ਇੱਦਾਂ ਹੀ ਵਾਹ ਦਿੱਤਾ ਹੈ ਅਤੇ ਉੱਥੇ ਹੋਰ ਵੀ ਜੋ ਆਸ ਪਾਸ ਆ ਸਾਰੀ ਕੰਸਟਰਕਸ਼ਨ ਸਾਰਾ ਤੋੜ ਫੋੜ ਬਹੁਤ ਕੁਛ ਇੱਦਾਂ ਦਾ ਕਰਤਾ ਅਤੇ ਪਹਿਲਾਂ ਤਾਂ ਮੈਂ ਇਹ ਕਹੂੰਗੀ ਫਸਲਾਂ ਦਾ ਐਸਾ ਕਰਨ ਦੀ ਕੀ ਲੋੜ ਪਈ ਸੀ ਇੱਥੇ ਕਿਸਾਨਾਂ ਦੇ ਉੱਤੇ ਵੀ ਇੱਕ ਸਵਾਲ ਆ ਜਾਂਦਾ ਕਿ ਕਿਸਾਨਾਂ ਨੇ ਜਾਂ ਦੂਜੇ ਲੋਕਾਂ ਨੇ ਵੀ ਇਹਨਾਂ ਨੂੰ ਬਹੁਤ ਬਹੁਮਤ ਦਿੱਤਾ ਇਹਨਾਂ ਦਾ ਬਹੁਤ ਸਾਥ ਦਿੱਤਾ ਅੱਜ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਾਡੀਆਂ ਫਸਲਾਂ ਇਹ ਤੋੜ ਫੋੜ ਰਹੇ ਨੇ ਇਹਨਾਂ ਨੇ ਜੋ ਕੀਤਾ ਇੰਨੀਆਂ ਵੱਡੀਆਂ ਜੇ ਤੁਸੀਂ 10 ਦਿਨ ਰੁਕ ਜਾਂਦੇ ਜਾਂ ਤੁਸੀਂ ਵੈਸੇ ਰੁਕਣ ਦੀ ਛੱਡੋ ਤੁਸੀਂ ਜਿਹੜਾ ਸਹੁੰ ਲੈਣੀ ਹੈ ਇੱਥੇ ਤੁਸੀਂ ਆਉਂਦੇ ਸ਼ਹੀਦ ਭਗਤ ਸਿੰਘ ਜੀ ਦੇ ਮੱਥਾ ਟੇਕਦੇ ਵੈਸੇ ਹੀ ਮੱਥਾ ਟੇਕਦੇ ਵੈਸੇ ਮੱਥਾ ਟੇਕਣਾ ਚਾਹੀਦਾ ਬੰਦਾ ਤੁਸੀਂ ਮੱਥਾ ਟੇਕਦੇ ਤੁਸੀਂ ਇਕੱਲੇ ਆਪਣੇ ਮਨ 'ਚ ਸਹੁੰ ਚੱਕ ਲੈਂਦੇ ਜਾਂ ਵੈਸੇ ਹੀ ਸਹੁੰ ਚੱਕ ਲੈਂਦੇ ਹਾਲੇ ਕਿ ਤੁਹਾਡੇ ਜਿਹੜੇ ਬਾਕੀ ਵਿਧਾਇਕ ਨੇ ਉਹ ਇੱਥੇ ਸਹੁੰ ਨਹੀਂ ਚੱਕ ਰਹੇ ਇਕੱਲੇ ਸਹੁੰ ਚੱਕ ਰਹੇ ਆ ਔਰ 2 ਕਰੋੜ ਰੁਪਏ ਦਾ ਖਰਚਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਮ ਆਦਮੀ ਆ ਤੁਸੀਂ ਆਮ ਦੀ ਤਰ੍ਹਾਂ ਗੱਲ ਕਰੋ ਤੁਸੀਂ ਖਾਸ ਕਿਉਂ ਬਣੀ ਜਾਂਦੇ ਹੋ ਹੁਣੇ ਤੁਸੀਂ ਤਾਂ ਕਹਿੰਦੇ ਅਸੀਂ ਆਮ ਆ ਤਾਂ ਤੁਸੀਂ 2-2 ਕਰੋੜ ਰੁਪਏ ਦਾ ਖਰਚਾ ਉੱਥੇ ਕਰ ਰਹੇ ਆ ਫਸਲਾਂ ਨੂੰ ਉਜਾੜ ਰਹੇ ਆ ਉੱਥੇ ਤਹਿਸ ਨਹਿਸ ਕੀਤਾ ਪਿਆ ਤੁਸੀਂ ਸਾਰਾ ਕੁਛ ਡਿਸਟਰਬ ਕੀਤੀ ਪਈ ਸਭ ਨੂੰ ਅਤੇ ਇੰਨਾ ਕਰੋੜਾਂ ਰੁਪਏ ਦਾ ਖਰਚਾ ਤੁਸੀਂ ਸਹੁੰ ਚੱਕ ਸਮਾਰੋਹ 'ਤੇ ਕਰੋਗੇ ਸਹੁੰ ਚੱਕ ਸਮਾਰੋਹ ਤਾਂ ਆਮ ਜਿੱਦਾਂ ਬਾਕੀ ਸਰਕਾਰਾਂ ਲੈਂਦੀਆਂ ਸੀ ਤੁਸੀਂ ਉੱਥੇ ਜਾ ਕੇ ਲੈ ਸਕਦੇ ਸੀ ਜੇ ਤੁਸੀਂ ਤੁਹਾਨੂੰ ਇੰਨਾ ਹੀ ਲੱਗਦਾ ਸੀਗਾ ਤਾਂ ਤੁਸੀਂ ਇੱਥੇ ਆ ਕੇ ਮੱਥਾ ਟੇਕ ਲੈਂਦੇ ਇੱਥੇ ਉੱਦਾਂ ਹੀ ਸਹੁੰ ਚੱਕ ਲੈਂਦੇ ਇੰਨੇ ਵੱਡੇ ਡੰਬਰ ਦੀ ਕਿਹੜੀ ਲੋੜ ਸੀ ਪਲੱਸ ਇੰਨਾ ਕੁਛ ਨਸ਼ਟ ਭ੍ਰਸ਼ਟ ਕਰ ਦਿੱਤਾ ਤੀਜੀ ਗੱਲ ਇਹਨਾਂ ਨੇ ਜਿਹੜੇ ਪਰਸੋਂ ਅੰਮ੍ਰਿਤਸਰ ਵਿੱਚ ਜਿਹੜਾ ਰੋਡ ਸ਼ੋਅ ਕੱਢਿਆ ਉੱਥੇ ਵੀ 57 ਲੱਖ ਰੁਪਏ ਦਾ ਖਰਚਾ ਕਰਤਾ ਡੀ ਸੀ ਸਾਹਿਬ ਨੂੰ ਆਰਡਰ ਕੱਢ ਤੇ ਕਿ ਖਰਚੇ ਭੇਜ ਦਿਓ ਅਤੇ ਮੇਰਾ ਇੱਕ ਪ੍ਰਸ਼ਨ ਹੈ ਆਮ ਜਨਤਾ ਦੇ ਨਾਤੇ ਵੀ ਅਤੇ ਪੋਲੀਟੀਕਲ ਪਾਰਟੀ ਦੇ ਨਾਤੇ ਵੀ ਕਿ ਇਹਨਾਂ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ ਕਿ ਹਲੇ ਤਾਂ ਸਹੁੰ ਵੀ ਨਹੀਂ ਚੱਕੀ ਅਤੇ ਇਹ ਕੁਛ ਕਰਨ ਲੱਗ ਗਏ ਤਾਂ ਜ਼ਿਆਦਾ ਹੀ ਕੁਛ ਖਾਸ ਹੋ ਗਏ ਇੰਨਾ ਤਾਂ ਕਿਸੇ ਦੂਜੀਆਂ ਸਰਕਾਰਾਂ ਨੇ ਵੀ ਪਹਿਲਾਂ ਨਹੀਂ ਕੀਤਾ ਬੱਸਾਂ ਜਿਹੜੀਆਂ ਸਰਕਾਰੀ ਬੱਸਾਂ ਯੂਜ਼ ਹੋ ਰਹੀਆਂ ਸਰਕਾਰੀ ਸੰਪਤੀ ਦਾ ਇਸ ਤਰ੍ਹਾਂ ਦਾ ਇਹਨਾਂ ਨੇ ਕਰਨਾ ਸ਼ੁਰੂ ਕਰਤਾ ਤਾਂ ਆਮ ਜਨਤਾ ਜੇ ਐਡੇ ਵੱਡੇ ਮੈਂਡੇਟ ਦੇ ਨਾਲ ਇਹਨਾਂ ਨੂੰ ਲਿਆ ਸਕਦੀ ਹੈ ਤਾਂ ਜਨਤਾ ਲਾਉਣ ਲੱਗੇ ਵੀ ਦੇਰ ਨਹੀਂ ਕਰਦੀ ਤਾਂ ਮੇਰਾ ਇੱਕ ਸੁਝਾਅ ਹੈ ਕਿ ਇਸ ਚੀਜ਼ ਦਾ ਮਾਣ ਰੱਖੋ ਜਿਹੜਾ ਜਨਤਾ ਨੇ ਤੁਹਾਡੇ 'ਤੇ ਵਿਸ਼ਵਾਸ ਕੀਤਾ ਉਸ ਵਿਸ਼ਵਾਸ ਨੂੰ ਬਣਾਏ ਰੱਖੋ ਉਸ ਚੀਜ਼ ਨੂੰ ਤੋੜੋ ਨਾ ਤਾਂ ਕਿ ਜਨਤਾ ਜਿਹੜੀ ਹੈ ਤੁਹਾਡੇ 'ਤੇ ਪ੍ਰਸ਼ਨ ਚਿੰਨ੍ਹ ਵਾਰ ਵਾਰ ਨਾ ਲਾਵੇ ਜੇ ਤੁਹਾਨੂੰ ਮਾਣ ਬਖਸ਼ਿਆ ਤਾਂ ਉਸ ਮਾਣ ਦੀ ਇੱਜ਼ਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਅਕਾਲ